सच बोलण लिखण वाले जद थोड़ा कर गए set the entire empire on fire so give me your mic without a wire ਸਾਸੀ ਗੱਲ ਬਈ ਸਾਰਿਆਂ ਨੂੰ ਹੋਪ ਸੋ ਸਾਰੇ ਜਾਣੇ ਬਿਲਕੁਲ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਣੇ ਭਰਾ ਦੇ ਗਾਣੇ 'ਤੇ ਰਿਐਕਟ ਕਰਨ ਜਾ ਰਹੇ ਹਾਂ ਬਾਈ ਬਾਈ ਦਾ ਨਾਂ ਹੈਗਾ ਤੇ ਸੰਧੂ ਅਤੇ ਵੀ ਨੋਟ ਫੋਰਗੈਟ ਗਾਣੇ ਦਾ ਨਾਮ ਆ ਇਹ ਗਾਣੇ ਦੇ ਵਿੱਚ ਟ੍ਰਿਬਿਊਟ ਦਿੱਤਾ ਗਿਆ ਸਿੱਧੂ ਮੂਸੇਵਾਲਾ ਦਾ ਦੀਪ ਸਿੱਧੂ ਨੂੰ ਆ ਲਿਖਿਆ ਹੋਇਆ ਹੈ ਨਾ ਟ੍ਰਿਬਿਊਟ ਟੂ ਸਿੱਧੂ ਮੂਸੇਵਾਲਾ ਦਾ ਦੀਪ ਸਿੱਧੂ ਅਤੇ ਦੇਖਦੇ ਬਈ ਗਾਣੇ ਦੇ ਵਿੱਚ ਕੀ ਹੁੰਦਾ ਕੀ ਨਹੀਂ ਬਾਕੀ ਜੇ ਮਿਊਜ਼ਿਕ ਵਗੈਰਾ ਦੀ ਗੱਲ ਕਰੀਏ ਤਾਂ ਮਿਊਜ਼ਿਕ ਆਰ ਜੀ ਕੈਸ਼ ਦਾ ਵਿਜ਼ੂਅਲਸ ਹੈਗਾ ਟੀਮ ਐਫ ਐਚ ਐਸ ਦੇ ਅਤੇ ਦੇਖਦੇ ਹਾਂ ਬਾਬੇ ਉਹ ਗਾਣਾ ਕਿਵੇਂ ਹੁੰਦਾ ਕਿਵੇਂ ਨਹੀਂ ਸੋ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਇਹਦੀ ਇਹ ਵੀਡੀਓ ਅਤੇ ਸੰਧੂ ਮਿਊਜ਼ਿਕ ਕਹਿੰਦੇ ਗੱਲਾਂ ਤੱਤੀਆਂ ਨੇ ਸੱਚੀਆਂ ਨੇ ਛੋਟੇ ਤਾਂ ਹੀ ਤੱਤੀਆਂ ਨੇ ਗੱਲਾਂ ਸੱਚੀਆਂ ਨੇ ਛੋਟੇ ਤਾਂ ਹੀ ਤੱਤੀਆਂ ਨੇ ਕਿਆ ਬਾਤ ਆ ਸਟਾਰਟਿੰਗ ਜੀ ਇਹਨੂੰ ਵਾਰਨਿੰਗ ਸਮਝ ਲਵੋ ਜਾਂ ਫਿਰ ਦਰਦ ਅੰਤਾਂ ਦਾ ਘਰ ਜਾ ਕੇ ਲੈ ਲਿਆ ਸੀ ਅਸੀਂ ਬਦਲਾ ਸੰਤਾਂ ਦਾ ਕਿਆ ਬਾਤ ਆ ਘਰੇ ਜਾ ਕੇ ਲੈ ਲਿਆ ਸੀ ਬਦਲਾ ਸੰਤਾਂ ਦਾ ਹੈ ਇਹ ਸਾਰੇ ਇਤਿਹਾਸ 'ਚ ਮਤਲਬ ਜਿੱਥੇ ਮਰਜ਼ੀ ਚੱਕ ਲਓ ਜੇ ਕਿਸੇ ਨੇ ਭਾਜੀ ਪਾਈ ਆ ਨਾ ਤਾਂ ਉਹਦੀ ਭਾਜੀ ਮੋੜੀ ਆ ਸਿੱਖਾਂ ਨੇ ਗੱਲ ਸੁਣ ਲਾ ਦਿੱਲੀ ਗਈ ਫਿਰ ਤੂੰ ਕੰਨਾਂ ਨੂੰ ਹੱਥ ਲਾਉਣੇ ਪੰਜਾਬ ਦਾ ਰਿਕਾਰਡ ਰਿਹਾ ਬਈ ਜਿੰਨਾ ਚਿਰ ਜਦੋਂ ਵੀ ਪੰਜਾਬ ਚੜ੍ਹ ਕੇ ਗਿਆ ਗਾ ਦਿੱਲੀ 'ਤੇ ਠੀਕ ਆ ਨਾ ਤਾਂ ਹਰੇਕ ਵਾਰੀ ਜਿੱਤ ਕੇ ਮੁੜਿਆ ਦਿੱਲੀ ਨੂੰ ਜੱਸਾ ਸਿੰਘ ਰਾਮਗੜੀਆ ਹੈ ਨਾ ਜੱਸਾ ਸਿੰਘ ਆਲੂਵਾਲੀਆ ਜੀ ਹੈ ਨਾ ਤਾਂ ਉਹ ਜਦੋਂ ਉਹਨਾਂ ਨੇ ਚੜ੍ਹਾਈ ਕੀਤੀ ਸੀਗੀ ਦਿੱਲੀ 'ਤੇ ਤਾਂ ਮਤਲਬ ਦਿੱਲੀ ਨੂੰ ਜਿੱਤ ਕੇ ਉਹੀ ਛੱਡਿਆ ਸੀ ਉਹ ਠੀਕ ਆ ਉਹ ਕਹਿੰਦੇ ਵੀ ਮਤਲਬ ਐਂ ਕਹਿੰਦੇ ਹੁੰਦੇ ਸੀਗੇ ਕਹਿੰਦੇ ਵੀ ਦਿੱਲੀ ਨੂੰ ਜਿੱਤਣਾ ਅਤੇ ਬਿੱਲੀ ਮਾਰਨਾ ਹੈ ਨਾ ਜਿਹੋ ਜਿਹੀ ਬਿੱਲੀ ਮਾਰਤੀ ਜਿਹੋ ਜਿਹੀ ਦਿੱਲੀ ਜਿੱਤ ਲਈ ਸਾਡੇ ਲਈ ਇੱਕ ਬਰਾਬਰ ਆ ਸੋ ਉਹਨਾਂ ਲਈ ਮਤਲਬ ਇੰਨੀ ਮਾਮੂਲੀ ਗੱਲ ਸੀਗੀ ਇਹ ਕਿਆ ਬਾਤ ਆ ਬਈ ਆਹ ਗੱਲ ਵੀ ਬਈ ਬਹੁਤ ਡੂੰਘੀ ਆ ਮਤਲਬ ਜਿਵੇਂ ਮੋਟਰਸਾਈਕਲਾਂ ਦੇ ਝੰਡੇ ਲਾ ਕੇ ਜਾਂ ਸੰਤਾਂ ਦੀਆਂ ਫੋਟੋਆਂ ਲਾ ਕੇ ਜਾਂਦੇ ਆ ਹਨ ਤਾਂ ਉਹ ਉੱਥੋਂ ਵਾਲੇ ਥੋੜ੍ਹੀ ਜਿਹੀ ਨਾ ਹਵਾ ਕਰਦੇ ਹੈਗੇ ਉਹਨਾਂ 'ਤੇ ਠੀਕ ਆ ਤਾਂ ਉਹ ਤਾਂ ਆਪਣੇ ਵਾਲੇ ਫਿਰ ਵੀ ਧੱਕੇ ਧੁੱਕੇ ਮਾਰ ਕੇ ਲੰਘ ਜਾਂਦੇ ਆ ਇਹਨਾਂ ਨੂੰ ਐਂ ਨਹੀਂ ਪਤਾ ਵੀ ਜੇ ਪੰਜਾਬੀ ਵਿਗੜ ਗਏ ਇਹਨਾਂ ਨੇ ਤੁਹਾਡੀ ਇੱਕ ਗੱਡੀ ਨਹੀਂ ਲੰਘਣ ਦੇਣੀ ਉੱਥੋਂ ਦੀ ਆਹ ਦੇਖੋ ਬਈ ਪੁਰਾਣਾ ਪੰਜਾਬ 1947 ਤੋਂ ਪੰਜਾਬ ਠੀਕ ਆ ਨਾ ਦੇਖੋ ਆਹ ਸਾਰਾ ਲਾਹੌਰ ਗੁਜਰਾਂਵਾਲਾ ਗੁਜਰਾਤ ਜੇਹਲਮ ਸ਼ਾਹਪੁਰ ਹੈ ਨਾ ਆਹ ਮਤਲਬ ਸਾਰਾ ਕੁਛ ਯਾਰ ਆਹ ਪੰਜਾਬ 'ਚ ਹੁੰਦਾ ਸੀਗਾ ਗੜਗਾਉਂ ਤੱਕ ਕਾਂਗੜਾ ਮੰਡੀ ਸਾਰਾ ਕੁਛ ਅਤੇ ਹੁਣ ਪੰਜਾਬ ਕਿੱਡਾ ਰਹਿ ਗਿਆ ਬਈ ਹੁਣ ਪੰਜਾਬ ਬਿਲਕੁਲ ਨਿੱਕਾ ਜਿਹਾ ਰਹਿ ਗਿਆ ਆ ਵਿਚਾਲਣ ਦੀ ਚੀਜ਼ ਹੀ ਰਹਿ ਗਈ ਬਸ ਇੰਨਾ ਪੰਜਾਬ ਰਹਿ ਗਿਆ ਬਾਕੀ ਸਾਰਾ ਉੱਡ ਗਿਆ ਬਾਕੀ ਨਾ ਜਿਹੜੇ ਆਹ ਵਿਜ਼ੂਅਲਸ ਦਿਖਾ ਰਿਹਾ ਬਾਈ ਹੈ ਨਾ ਗਾਣੇ ਦੇ ਵਿੱਚ ਮਤਲਬ ਆਹ ਦੇਖੋ ਸਟੇਟ ਗੰਨਾਂ ਹੋ ਗਈਆਂ ਦੂਜੀਆਂ AK-47 ਹੋ ਗਈਆਂ ਹੈ ਨਾ ਤਾਂ ਇਹ ਦਿਖਾਉਣ ਲਈ ਵੀ ਜਿਗਰਾ ਚਾਹੀਦਾ ਬਾਈ ਆਮ ਬੰਦਾ ਹਰੇਕ ਨਹੀਂ ਦਿਖਾ ਸਕਦਾ ਗਾਣੇ ਦੇ ਵਿੱਚ ਇਹ ਚੀਜ਼ਾਂ ਅੱਗੇ ਦੇਖਦੇ ਹਾਂ ਬਾਈ ਸੱਚ ਬੋਲਣ ਲਿਖਣ ਵਾਲੇ ਜਦੋਂ ਝੋਟਾ ਸਭ ਬਾਨੇ ਹੈਗੇ ਸਾਰਿਆਂ ਨੂੰ ਪਤਾ ਹੀ ਹੈ ਇਹ ਚੀਜ਼ ਦਾ ਹੈ ਨਾ ਵੀ ਜਿਹੜੇ ਮੰਨ ਕੇ ਚਲੋ ਮੇਨ ਬੰਦੇ ਸੀਗੇ ਉਹ ਤਾਂ ਫੜੇ ਨਹੀਂ ਗਏ ਗੇ ਬਸ ਜਿਹੜੇ ਮੰਨ ਕੇ ਜਿਹੜੇ ਇੱਕ ਆਪਾਂ ਕਹਿ ਸਕਦੇ ਹਾਂ ਸ਼ੂਟਰ ਸੀਗੇ ਬਸ ਉਹੀ ਫੜੇ ਗਏ ਆ ਵੀ ਉਹਨਾਂ ਨੂੰ ਕਿਹਨੇ ਮਤਲਬ ਅਪੁਆਇੰਟ ਕੀਤਾ ਹੈ ਨਾ ਸਾਰਾ ਕੁਛ ਮਤਲਬ ਉਹ ਸਾਰੀਆਂ ਗੱਲਾਂ ਬਾਅਦ ਦੱਬਤੀਆਂ ਵਿੱਚ ਹੀ ਰੁਲ ਖੁਲ ਗਈਆਂ ਅਤੇ ਐਂ ਹੁੰਦਾ ਹੁੰਦਾ ਕੋਈ ਹੱਲ ਨਹੀਂ ਯਾਰ ਇਹਨਾਂ ਦਾ ਆਹ ਦੇਖੋ ਵਾਕਈ ਦੀਪ ਸਿੰਘ ਅਸੀਂ ਬਰਸੀਆਂ ਜੋਗੇ ਹੀ ਹਾਂ ਸਹੀ ਹੈ ਯਾਰ
ਹੋਰ ਨਹੀਂ ਕੁਛ ਕਰ ਸਕਦੇ ਬਰਸੀਆਂ ਜੋਗੀ ਆ ਜਾਂ ਤਾਂ ਫਿਰ ਪਹਿਲਾਂ ਬੋਲੋ ਨਾ ਹੈ ਨਾ ਜੇ ਨਹੀਂ ਹੈਗਾ ਤਾਂ ਨਾ ਬੋਲੋ ਫਿਰ ਇੱਥੋਂ ਤੱਕ ਪਾ ਕੇ ਰੱਖਣਗੇ ਜੈਕਟਾਂ ਬੁਲਟ ਪਰੂਫ ਹੈ ਨਾ ਵੀ ਇੱਥੋਂ ਬਣਾ ਮਾਰ ਜੇ ਤਾਂ ਸਾਰਾ ਟੈਂਡ ਐਡੀ ਗੱਡੀ ਹੈਗੀ ਜਿਹਨੇ ਮਾਰਨੀ ਉਹਦੇ 'ਚ ਮਾਰੂ ਗੋਲੀ ਗਲ 'ਚ ਥੋੜ੍ਹੀ ਮਾਰੂ ਆਹ ਦੇਖੋ ਆਹ ਕਿੰਨੀ ਪ੍ਰਾਊਡ ਮੂਵਮੈਂਟ ਸੀਗੀ ਬਈ ਹੈ ਨਾ ਵੀ ਦਿੱਲੀ ਦੇ ਲਾਲ ਕਿਲੇ 'ਤੇ ਜੋ ਝੰਡਾ ਲਹਿਰਾਇਆ ਅਤੇ ਕਈ ਬੰਦੇ ਕਹਿ ਰਹੇ ਆ ਵੀ ਯਾਰ ਵੀ ਬਹੁਤ ਮਾੜਾ ਕੰਮ ਕੀਤਾ ਜੇ ਬਹੁਤ ਫਲਾਨਾ ਢੀਂਗਾ ਜਦੋਂ ਆਪਦੇ 'ਚ ਦਮ ਨਹੀਂ ਹੁੰਦਾ ਹੈ ਨਾ ਜੇ ਕੋਈ ਹੋਰ ਕਰਦਾ ਕੁਛ ਤਾਂ ਉਹਨਾਂ ਨੂੰ ਵੀ ਨਹੀਂ ਕਰਨ ਦੇਣਾ ਬਹੁਤ ਜ਼ਿਆਦਾ ਪ੍ਰਾਊਡ ਵਾਲੀ ਗੱਲ ਆ ਬਈ ਇਹ ਠੀਕ ਆ ਨਾ ਕਹਿੰਦੇ ਤਾਂ ਬੜਾ ਕੁਛ ਹੁੰਦੇ ਹੈਗੇ ਲੋਕ ਐਵੇਂ ਬਾਹਲੀ ਪਰਵਾਹ ਨਹੀਂ ਕਰਨੀ ਪਰ ਇਹ ਜਿਹਦੇ 'ਚ ਅਣਖ ਹੁੰਦੀ ਆ ਉਹੀ ਚੀਜ਼ਾਂ ਸਮਝ ਸਕਦਾ ਇਹ ਅੱਗੇ ਦੇਖਦੇ ਹਾਂ ਆਹ ਬੰਦੇ ਨੂੰ ਤਾਂ ਯਾਰ ਦੇਖ ਕੇ ਹੀ ਨਾ ਧਰਮਣਾ ਮਤਲਬ ਇੱਕ ਨਾ ਅਲੱਗ ਲੈਵਲ ਦੀ ਐਨਰਜੀ ਜੀ ਆ ਜਾਂਦੀ ਆਹ ਦੇਖੋ ਤੁਸੀਂ ਆਹ ਦੇਖੋ ਸ਼ਾਰਟ ਹੇਕ ਬਸ 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 ਕਿਆ ਬਾਤ ਆ ਕਿਆ ਬਾਤ ਆ ਯਾਰ ਬਹੁਤ ਹੀ ਜ਼ਿਆਦਾ ਵਧੀਆ ਗਾਣਾ ਬਾਈ ਬਹੁਤ ਹੀ ਜ਼ਿਆਦਾ ਵਧੀਆ ਗਾਣਾ ਮਤਲਬ ਪੂਰਾ ਗਾਣਾ ਸੁਣ ਕੇ ਨਾ ਜਿਵੇਂ ਇਕੱਲਾ ਇਕੱਲਾ ਵਰਡ ਸੀਗਾ ਨਾ ਗਾਣੇ ਦਾ ਇਕੱਲੀ ਇਕੱਲੀ ਲਾਈਨ ਸੀਗੀ ਹੈ ਨਾ ਤਾਂ ਉਹ ਐਕਸਪਲੇਨ ਕਰਨ ਲੱਗ ਜਾਂਦੇ ਆਪਾਂ ਘੰਟੇ ਦੀ ਵੀਡੀਓ ਬਣ ਜਾਣੀ ਸੀਗੀ ਬਹੁਤ ਜ਼ਿਆਦਾ ਵਧੀਆ ਯਾਰ ਬਹੁਤ ਘੈਂਟ ਫੈਕਟਾਂ 'ਤੇ ਗੱਲ ਕੀਤੀ ਗਈ ਆ ਹੈ ਨਾ ਸੱਚਾਈ ਆ ਜੋ ਅੱਜ ਦੀ ਉਹਨਾਂ 'ਤੇ ਗੱਲ ਕੀਤੀ ਗਈ ਆ ਗਾਣੇ ਦੇ ਵਿੱਚ ਅਤੇ ਗਾਇਆ ਵੀ ਬਹੁਤ ਵਧੀਆ ਤਰੀਕੇ ਨਾਲ ਗਾਇਆ ਇਹ ਨਹੀਂ ਹੈਗਾ ਵੀ ਜੇ ਫੈਕਟਸਾਂ 'ਤੇ ਗੱਲ ਕੀਤੀ ਗਈ ਆ ਹੈ ਨਾ ਤਾਂ ਸੱਚੀਆਂ ਗੱਲਾਂ 'ਤੇ ਗੱਲ ਕੀਤੀ ਗਈ ਆ ਤਾਂ ਬੰਦੇ ਨੂੰ ਗਾਉਣਾ ਨਹੀਂ ਆਉਂਦਾ ਹੋਣਾ ਜਾਂ ਕੁਛ ਵੀ ਆ ਹੈ ਨਾ ਬੰਦੇ ਨੇ ਗਾਇਆ ਵੀ ਬਹੁਤ ਵਧੀਆ ਤਰੀਕੇ ਨਾਲ ਆ ਅਤੇ ਮਤਲਬ ਆਹ ਦੇਖੋ ਐਂਡ 'ਤੇ ਹੇਕ ਨੇ ਤਾਂ ਜਮਾਂ ਹੀ ਸਰਪ੍ਰਾਈਜ਼ ਕਰਤਾ ਬਾਈ ਮੈਨੂੰ ਬਾਕੀ ਬਾਈ ਮਿਊਜ਼ਿਕ ਬਹੁਤ ਵਧੀਆ ਸੀਗਾ ਗਾਣੇ ਦਾ ਵਧੀਆ ਮਤਲਬ ਜਸਟੀਫਾਈ ਕਰ ਰਿਹਾ ਸੀਗਾ ਗਾਣੇ ਨੂੰ ਅਤੇ ਜੇ ਆਪਾਂ ਵੀਡੀਓ ਦੀ ਗੱਲ ਕਰੀਏ ਨਾ ਬਾਈ ਤਾਂ ਜਿਵੇਂ ਬਾਈ ਹਥਿਆਰ ਦਿਖਾਏ ਗਏ ਸੀਗੇ ਗਾਣੇ ਦੇ ਵਿੱਚ ਹੈ ਨਾ ਇਹ ਗਾਣੇ ਦੀ ਵੀਡੀਓ ਦੇ ਵਿੱਚ ਇਸੀਆਂ ਕਾਫੀ ਚੀਜ਼ਾਂ ਨੇ ਜਿਹੜੀਆਂ ਮਤਲਬ ਦਿਖਾਉਣ ਲਈ ਜਿਗਰਾ ਚਾਹੀਦਾ ਗਾ ਵੀਡੀਓ ਦੇ ਵਿੱਚ ਹੈ ਨਾ ਤਾਂ ਬਾਈ ਨੇ ਜਿਗਰਾ ਕੱਢਿਆ ਉਹ ਅਤੇ ਦਿਖਾਈਆਂ ਗਈਆਂ ਹੈ ਨਾ ਅਤੇ ਬਹੁਤ ਵਧੀਆ ਗੱਲ ਆ ਬਾਈ ਅਤੇ ਬਾਈ ਦਾ ਯਾਰ ਮੈਂ ਚੈਨਲ ਦਾ ਨਾ ਲਿੰਕ ਦੇ ਦੂੰਗਾ ਥੱਲੇ ਅਤੇ ਡਿਸਕ੍ਰਿਪਸ਼ਨ 'ਚ ਜਾ ਕੇ ਤੁਸੀਂ ਬਾਈ ਦਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਇਹੋ ਜਿਹੇ ਗਾਣੇ ਹੋਰ ਵੀ ਬਹੁਤ ਵਧੀਆ ਵਧੀਆ ਆਉਣਗੇ ਅਤੇ ਸਪੋਰਟ ਕਰੋ ਬਾਈ ਨੂੰ ਦੱਬ ਕੇ ਇਹ ਗਾਣੇ 'ਤੇ ਜਾਓ ਗਾਣਾ ਸੁਣੋ ਦੋ ਤਿੰਨ ਵਾਰੀ ਹੈ ਨਾ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਗਾਣਾ ਸਟੇਟਸ ਸਟੂਟਸ ਲਾਓ ਰੀਲਾਂ ਰੂਲਾਂ ਬਣਾਓ ਹੈ ਨਾ ਤਾਂ ਮਤਲਬ ਥੋੜ੍ਹਾ ਜਿਹਾ ਬੰਦੇ ਦੀ ਆਪਾਂ ਜਿੰਨੀ ਵੀ ਹੋ ਸਕਦੀ ਹੈ ਸਪੋਰਟ ਕਰੀਏ ਹੈ ਨਾ ਤਾਂ ਕਿ ਮਤਲਬ ਚੰਗੇ ਗਾਣੇ ਅਤੇ ਚੰਗੇ ਆਰਟਿਸਟ ਅੱਗੇ ਆਉਣ ਅਤੇ ਬਸ ਬਈ ਇਹੀ ਸੀਗੀ ਆਪਣੀ ਅੱਜ ਦੀ ਵੀਡੀਓ ਬਾਬੇ ਜੇ ਤੁਹਾਨੂੰ ਵੀਡੀਓ ਲੱਗੀ ਵਧੀਆ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾ ਲੱਗਿਆ ਘੰਟੀ ਦਾ ਬਟਨ ਦੱਬ ਦਿਓ ਤਾਂ ਕਿ ਸਾਡੀ ਆਉਣ ਵਾਲੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ ਥੈਂਕਸ ਫੋਰ ਵਾਚਿੰਗ ਗਾਈਸ